ਸਾਨੂੰ ਗਿਆਨ ਇਹ ਸ਼ਬਦ ਵਿੱਚ ਧਿਆਨ ਲਾ ਕੇ ਆਉਣਾ, ਜਿੰਨਾ ਚਿਰ ਸਾਡਾ ਇਹ ਮਨ ਇਹ ਬੋਲ ਨਹੀਂ ਸੁਣਦਾ ਉਹਨਾਂ ਚਿਰ ਇਹ ਟਿਕਦਾ ਨਹੀਂ। ਸਾਨੂੰ ਇਹ ਆਵਾਜ਼ ਕਿਉਂ ਨਹੀਂ ਸੁਣਦੀ, ਇਹਦੇ ਵਿੱਚ ਧਿਆਨ ਕਿਉਂ ਨਹੀਂ ਲੱਗਦਾ? ਸਤਿਗੁਰ ਕਹਿੰਦੇ ਆ ਮਾਇਆ ਧਾਰੀ ਹੋਏ ਬੈਠੇ ਆ। ਜਿਹਨੂੰ ਪਾਤਸ਼ਾਹ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਤੇ ਜੇ ਸਾਡਾ ਇਹਦੇ ਵਿੱਚ ਧਿਆਨ ਲੱਗ ਜਾਏ ਫਿਰ ਸਾਨੂੰ ਗਿਆਨ ਆ ਜਾਏਗਾ। ਇਸੇ ਕਰਕੇ ਹੀ ਆਪਾਂ ਇਹ ਦੇਖਣਾ ਹੈ, ਜੇ ਕੋਈ ਸਾਨੂੰ ਕਹਿੰਦਾ ਵੀ ਇਹਨਾਂ ਤੁਸੀਂ ਕਿਉਂ ਇੰਨਾ ਉੱਚੀ ਕਰਦੇ, ਪਾਤਸ਼ਾਹ ਕਹਿੰਦੇ ਆ ਇਹ ਉਹਨਾਂ ਦਾ ਕਸੂਰ ਨਹੀਂ ਹੈ, ਕਿਉਂਕਿ ਮਾਲਕ ਨਿਰੰਕਾਰ ਦੀ ਕਿਰਪਾ ਨਹੀਂ, ਗਿਆਨ ਨਹੀਂ, ਭਾਗਾਂ ਤੋਂ ਹੀਣੇ ਨੇ। ਸਤਿਗੁਰ ਗੁਰਬਾਣੀ ਰਾਹੀਂ ਸਾਨੂੰ ਸਮਝਾ ਰਹੇ, ਕਹਿੰਦੇ ਦੁਰਮਤ ਭਾਗ ਹੀਨ ਮਤ ਫੀਕੈ ਨਾਮ ਸੁਣਤ ਆਵੈ ਮਨ ਰੋਹੈ। ਉਹਨਾਂ ਤੋਂ ਆਪ ਤੋਂ ਹੋਣਾ ਨਹੀਂ ਤੇ ਉਹਨਾਂ ਨੂੰ ਗੁੱਸਾ ਚੜ੍ਹਨਾ ਆ ਨਾਲ ਦਿਆਂ ਤੇ, ਇਹ ਕਿਉਂ ਕਰ ਰਹੇ? ਪਾਤਸ਼ਾਹ ਗੁਰਬਾਣੀ ਰਾਹੀਂ ਸਮਝਾ ਰਹੇ ਨੇ ਇਹ ਹੁਣ ਜਿਹੜੀ ਹਰੇਕ ਜਿਹਨੂੰ ਗਿਆਨ ਹੈ ਸੁਰਤੀ ਦੂਸਰੀ ਸੁਰਤੀ ਨੂੰ ਲਾਹਾ ਦੇਣ ਵਾਸਤੇ ਆਪਣੇ ਲਾਹੇ ਵਾਸਤੇ ਇਹ ਅਭਿਆਸ ਕਰ ਰਹੇ, ਇਹ ਸਾਡੀ ਖੁਰਾਕ ਇੱਥੋਂ ਸਾਨੂੰ ਮਿਲਣੀ ਹੈ। ਜਿਹਨੂੰ ਪਾਤਸ਼ਾਹ ਕਹਿੰਦੇ ਆ ਜਿਵੇਂ ਜਿਵੇਂ ਆਪਾਂ ਇਹ ਸਿਮਰਨ ਕਰਾਂਗੇ ਅਭਿਆਸ ਕਰਾਂਗੇ ਸਾਨੂੰ ਰਸ ਆਏਗਾ। ਤੇ ਗੁਰਮੁਖ ਚਾਹੁੰਦੇ ਨੇ ਵੀ ਇਹ ਵੀ ਸੁਰਤੀ ਨਾਲ ਜਦੋਂ ਸੁਰਤੀ ਮਿਲਾ ਕੇ ਅਭਿਆਸ ਕਰ ਲਏ ਇਹਨੂੰ ਵੀ ਰਸ ਆਵੇ। ਆਪ ਤਾਂ ਬੋਲਣਾ ਹੀ ਆ, ਗੁਰਮੁਖ ਪਰ ਉਪਕਾਰ ਕਰਦੇ ਨੇ ਸਾਡੇ ਤੇ। ਤੇ ਮਹਾਰਾਜ ਸਾਨੂੰ ਸਮਝਾਉਂਦੇ ਆ ਜਿਹੜੇ ਐਸੇ ਜੀਵ ਨੇ ਜਿਨ੍ਹਾਂ 'ਤੇ ਗੁਰਮੁਖ ਤਾਂ ਕਹਿੰਦੇ ਨੇ ਕਿਰਪਾ ਹੋ ਜਾਏ, ਲੇਕਿਨ ਉਹਨਾਂ ਨੂੰ ਨਾ ਤਾਂ ਇਹ ਕਰਨਾ ਚੰਗਾ ਲੱਗਦਾ ਨਾ ਦੂਸਰੇ ਦਾ ਸੁਣਨਾ ਚੰਗਾ ਲੱਗਦਾ ਉਹ 'ਚ। ਮਹਾਰਾਜ ਕੀ ਕਹਿੰਦੇ ਆ, ਦੁਰਮਤ ਭਾਗ ਹੀਨ ਮਤ ਫੀਕੈ ਨਾਮ ਸੁਣਤ ਆਵੈ ਮਨ ਰੋਹੈ, ਕਊਆ ਕਾਂ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤ ਬੇਸਟਾ ਖਾਏ ਮੁਖ ਗੋਹੈ। ਬਾਹਰ ਦੂਸਰੇ ਨੂੰ ਬੁਲਾਉਣ ਵਾਸਤੇ ਭਾਵੇਂ ਦੂਰ ਆ ਜਿੰਨੀ ਮਰਜ਼ੀ ਉੱਚੀ ਆਵਾਜ਼ਾਂ ਮਾਰੀ ਜਾ, ਆਪ ਬਾਹਰ ਸੰਸਾਰ ਦੀਆਂ ਆਵਾਜ਼ਾਂ ਜਿਹੜੀਆਂ ਮਰਜ਼ੀ ਉੱਚੀ ਆਵਾਜ਼ ਦੇ ਵਿੱਚ ਇਹ ਗੱਲਾਂ ਕਰੀ ਜਾਵੇ ਉਦੋਂ ਨਹੀਂ ਸੰਗ ਲੱਗਦੀ, ਉਦੋਂ ਨਹੀਂ ਲੋਕ ਲੱਜਿਆ। ਤੇ ਸਤਿਗੁਰੂ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਆ ਜਿਹੜਾ ਇਹ ਆਵਾਜ਼ ਅਸੀਂ ਦੇ ਰਹੇ ਹਾਂ, ਜਿਹੜਾ ਭਗਤਾਂ ਨੇ ਆਪਾਂ ਨੂੰ ਸਮਝਾਇਆ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਨ ਸਕੈ ਕੂਕਣੇ ਕਬੂ ਕੇ ਸੁਣੈ ਪੁਕਾਰ।
ਉਹਨਾਂ ਦਾ ਦਿਨ ਰਾਤ ਕੁੱਕਣ ਵਾਸਤੇ ਕਿਹਾ ਸਰ। ਇਸੇ ਕਰਕੇ ਆਪਾਂ ਇਹ ਕਿਸੇ ਦੀ ਪਰਵਾਹ ਨਹੀਂ ਕਰਨੀ, ਅਸੀਂ ਸਤਿਗੁਰ ਦੇ ਬਚਨ ਕਮਾਉਣੇ ਨੇ, ਅਸੀਂ ਸਤਿਗੁਰ ਦਾ ਇਹ ਗਿਆਨ ਹਿਰਦੇ ਵਿੱਚ ਵਸਾਉਣਾ ਜਿਹਨੇ ਸਾਡੇ ਇਹ ਜੀਵਨ ਨੂੰ ਬਣਾਉਣਾ ਹੈ, ਜਿਹਨੇ ਸਾਡਾ ਇਹ ਸੰਸਾਰ ਦੇ ਵਿੱਚ ਆਇਆ ਜਿਹੜਾ ਇਹ ਸਫਲ ਕਰਨਾ ਹੈ। ਆਓ ਗੁਰਮੁਖੋ, ਹੁਣ ਥੋੜ੍ਹਾ ਜਿਹਾ ਆਪਾਂ ਸਾਹਿਤ ਦੇ ਵਿੱਚ ਇਹ ਸ਼ਬਦ ਦਾ ਅਭਿਆਸ ਕਰਨਾ ਹੈ। ਜਿਹੜਾ ਦਿਨ ਰਾਤ ਉਸ ਮਾਲਕ ਨਿਰੰਕਾਰ ਦੀ ਕਿਰਤੀ ਕਰਨ ਵਾਸਤੇ ਆਪਾਂ ਨੂੰ ਕਹਿੰਦੇ ਨੇ ਪਾਤਸ਼ਾਹ ਤੁਸੀਂ ਕਰੋ, ਇਹ ਰਸਨਾ ਦੁਆਰਾ ਕੀਤੀ ਹੋਈ ਕਿਰਤੀ ਦਾ ਤੁਹਾਨੂੰ ਫਲ ਮਿਲੇਗਾ। ਜਿਹੜਾ ਚੌਥੇ ਪਾਤਸ਼ਾਹ ਦੇ ਬਚਨ ਆਪਾਂ ਦ੍ਰਿੜ ਕਰਦੇ ਹਨ, ਉਹ ਸਮਝਾਉਂਦੇ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਇਆ ਰਾਮ, ਅੰਧਰ ਸ਼ਬਦ ਰਵੋ ਅਨਹਦ ਸ਼ਬਦ ਬਜਾਏ ਰਾਮ। ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਪਾਤਸ਼ਾਹ ਕਹਿੰਦੇ ਦਿਨ ਰਾਤ ਕਰੋ ਅਰਾਧੋ, ਜਿਹੜਾ ਸਾਨੂੰ ਸਮਝਾ ਰਿਹਾ ਦਿਨ ਸ ਰਾਤ ਅਰਾਧੋ ਪਿਆਰੇ ਨਿਮਕ ਨਕੀਜੈ ਢੀਲਾ। ਉਹ ਤਾਂ ਕਹਿੰਦੇ ਇੱਕ ਨਿਮਕ ਵੀ ਢਿਲੇਰੀ ਪੈਣਾ, ਆਲਸ ਨਹੀਂ ਕਰਨਾ। ਜਦੋਂ ਤੁਸੀਂ ਇਹ ਕਿਰਤੀ ਕਰਦੇ ਹਾਂ ਤਾਂ ਫਲ ਪਾਤਸ਼ਾਹ ਬਖਸ਼ਿਸ਼ ਕਰਦੇ, ਅਨਹਦ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਸਨ। ਤੇ ਮਹਾਂਪੁਰਖਾਂ ਨੇ ਆਪਾਂ ਨੂੰ ਗਿਆਨ ਦਿੱਤਾ, ਭੇਜ ਦਿੱਤਾ ਆ ਵੀ ਜੇ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਬਚਾਅ ਵਾਸਤੇ ਇਹਨਾਂ ਦਾ ਮੁਕਾਬਲਾ ਕਰਦੇ ਹਾਂ ਇੱਕ ਪਹਿਰ, ਅਤੇ ਮਾਲਕ ਨਿਰੰਕਾਰ ਕਿਰਪਾ ਕਰਦਾ ਸਾਡੀ ਮਦਦ 'ਤੇ ਆ ਜਾਂਦਾ ਆ, ਸ਼ਬਦ ਦਾ ਨੇਜਾ ਗੜ ਦਿੰਦਾ ਆ, ਸਾਡੇ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਂਦਾ ਆ ਜੋ ਗੁਰਮੁਖਾਂ ਨੇ ਸਤਿਗੁਰ ਦੀ ਬਾਣੀ ਰਾਹੀਂ ਆਪਾਂ ਨੂੰ ਗਿਆਨ ਦ੍ਰਿੜ ਕਰਾਇਆ ਆ। ਪਹਿਰ ਸਮਾਧ ਸੁਣੋ ਗਿਆਨ ਹੈ ਆਸਨ ਚੜ੍ਹਿਓ, ਧਰਮ ਤਨਕਰ ਗਇਓ ਭਗਤ ਸੀ ਲਹਿ ਸਰ ਲੜਿਓ, ਭੈ ਨਿਰਭਉ ਅਟਲ ਸ਼ਬਦ ਗੁਰ ਨੇਜਾ ਗੱਡਿਓ। ਇਹ ਹੁਣ ਅਸੀਂ ਤਾਂ 10 ਮਿੰਟ 15 ਮਿੰਟ ਬਾਅਦ ਥੱਕ ਜਾਂਦੇ ਹਾਂ, ਕਿਉਂ ਸਾਡੇ ਮਨ ਵਿੱਚ ਹੈ ਹੀ ਨਹੀਂ ਕਿ ਅਸੀਂ ਇਸ ਜੀਵਨ ਦਾ ਲਾਹਾ ਲਈਏ। ਸਾਡਾ ਧਿਆਨ ਹੈ ਆਪਾਂ ਸਰੀਰ ਨੂੰ ਕੁਝ ਨਾ ਹੋ ਜਾਏ, ਇਹ ਸਰੀਰ ਵਿੱਚ ਧਿਆਨ ਰੱਖਦੇ ਹਾਂ, ਅਤੇ ਸਤਿਗੁਰੂ ਗੁਰਬਾਣੀ ਵਿੱਚ ਉਹਨਾਂ ਭਗਤਾਂ ਦਾ ਆਪਾਂ ਨੂੰ ਗਿਆਨ ਦਿੰਦੇ ਜਿਹੜੇ ਕਹਿੰਦੇ ਆ ਸਾਡੀ ਪ੍ਰੀਤ ਪੈਣੀ ਚਾਹੀਦੀ ਹੈ ਮਾਲਕ ਨਿਰੰਕਾਰ ਦੇ ਨਾਲ, ਸਾਡਾ ਇਹ ਮਨ ਜੁੜ ਜਾਏ, ਪ੍ਰੀਤ ਨਾ ਸਾਡੀ ਟੁੱਟੇ, ਇਹ ਸਰੀਰ ਭਾਵੇਂ ਸਾਡਾ ਆ, ਇਹ ਜਿੰਨਾ ਮਰਜ਼ੀ ਇਹ ਛਿਣ ਛਿਣ ਕਰਕੇ ਇਹ ਖਤਮ ਹੋ ਜਾਏ। ਉਹਨਾਂ ਦੇ ਬਚਨ ਆਪਾਂ ਪੜ੍ਹਦੇ ਨੇ, ਕਹਾ ਭਇਓ ਜੋ ਤਨ ਭਇਓ ਛਿਣ ਛਿਣ, ਪ੍ਰੀਤ ਜਾਏ ਤੋ ਡਰ ਪੋ ਤੇਰੇ ਜਨ ਪਾਤਸ਼ਾਹ। ਕਹਿੰਦੇ ਡਰ ਤਾਂ ਉਦੋਂ ਲੱਗਦਾ ਸਾਨੂੰ, ਇਹ ਸਰੀਰ ਦਾ ਕੋਈ ਡਰ ਨਹੀਂ, ਇਹਨੇ ਤਾਂ ਖਤਮ ਹੋਣਾ ਇੱਕ ਦਿਨ। ਡਰ ਇਸ ਗੱਲ ਦਾ ਹੈ ਕਿ ਇਹ ਪਿਆਰ ਦੇਣਾ ਜਿਹੜਾ ਹੈ ਇਹਦੇ ਦੋਣਾ ਮਨ ਪਿੱਛੇ ਹਟਦੇ ਸਾਡਾ, ਅਤੇ ਜੇ ਇਹਦਾ ਸਾਡਾ ਪਿਆਰ ਆ ਤਾਂ ਫਿਰ ਰਸਤੇ ਕੁਝ ਰੁਕਾਵਟ ਨਹੀਂ ਆਉਂਦੀ।
ਜਦੋਂ ਆਪਾਂ ਇਹ ਸਿਮਰਨ ਕਰਾਂਗੇ ਨਾ, ਕੋਈ ਰੁਕਾਵਟ ਨਹੀਂ ਆਉਣੀ ਰਸਤੇ ਵਿੱਚ। ਇਹ ਆਪਾਂ ਸਾਰਿਆਂ ਨੇ ਇਹ ਢਿੱਲੇ ਨਹੀਂ ਪੈਣਾ, ਇਹ ਯੁੱਧ ਕਰਨਾ ਹੈ ਇਹਨਾਂ ਪੰਜਾਂ ਦੇ ਨਾਲ। ਇਹ ਯੁੱਧ ਆ ਸਾਡਾ, ਜਿਹੜਾ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਹਨਾਂ ਨੇ ਆਪਾਂ ਨੂੰ ਇਹ ਗਿਆਨ ਦਿੱਤਾ, ਇਹ ਭੇਜ ਦਿੱਤਾ ਆ ਕਿ ਖਾਲਸਾ ਜਿਹੜਾ ਹੈ ਨਾ, ਉਹਨੇ ਰੋਜ਼ ਦਾ ਰੋਜ਼ ਜੰਗ ਕਰਨਾ, ਯੁੱਧ ਕਰਨਾ ਆ। ਜਿਹੜਾ ਆਪਾਂ ਪੜ੍ਹਦੇ ਨਾ ਖਾਲਸਾ ਸੋਇ ਕਰੈ ਨਿਤ ਜੰਗ, ਪਾਤਸ਼ਾਹ ਕਹਿੰਦੇ ਆ ਇਹ ਨਿਤ ਦਾ ਯੁੱਧ ਆ। ਜੋ ਭਗਤਾਂ ਨੇ ਆਪਾਂ ਨੂੰ ਸਮਝਾਇਆ, ਜਿਉਂ ਵੀ ਸੁਬਾਹ ਆਉਣੇ ਆ ਇਹ ਬੇਗਾਨੇ ਦੇਸ਼ ਦੇ ਵਿੱਚ, ਇੱਥੋਂ ਦੇ ਪੰਜ ਸਰਦਾਰ ਨੇ ਜਿਹੜੇ ਪਹਿਰੇ 'ਤੇ ਖੜ੍ਹੇ ਨੇ, ਜਿਹਨਾਂ ਆਉਂਦਿਆਂ ਹੀ ਸਾਡੇ ਮਨ ਨੂੰ ਇਹ ਵਿਚਾਰਾਂ ਦੇ ਵਿੱਚ ਪਾ ਲੈਣਾ ਆ, ਘੇਰ ਲੈਣਾ ਸਾਨੂੰ। ਜਿਹੜਾ ਗੁਰਬਾਣੀ ਰਾਹੀਂ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਭੇਜ ਦਿੱਤਾ ਆ, ਪੰਜ ਪਹਿਰ ਵਾ ਦਰ ਮੇ ਰਹਿਤੇ ਤਿਨਕਾ ਨਹੀਂ ਪਤਿਆਰਾ। ਇਹ ਦਰ 'ਤੇ ਰਹਿੰਦੇ ਜੇ ਇਹਨਾਂ ਦਾ ਵਿਸ਼ਵਾਸ ਨਾ ਕਰਿਓ। ਅਤੇ ਅੱਗੇ ਆਪਾਂ ਨੂੰ ਗਿਆਨ ਦਿੱਤਾ, ਤੁਸੀਂ ਇਹ ਸ਼ਬਦ ਦਾ ਅਭਿਆਸ ਕਰਨਾ, ਇਹ ਸ਼ਬਦ ਦਾ ਪ੍ਰਕਾਸ਼ ਲੈ ਕੇ ਚੱਲਣਾ, ਤਾਂ ਕਿ ਤੁਹਾਨੂੰ ਗਿਆਨਤਾ ਵਿੱਚ ਨਾ ਲੈ ਜਾਣ, ਹਨੇਰੇ ਵਿੱਚ ਨਾ ਲੈ ਜਾਣ, ਤੁਹਾਨੂੰ ਭੁਲਾ ਨਾ ਦੇਣੇ। ਅਤੇ ਜਿਹੜਾ ਅਸੀਂ ਇਹ ਅਭਿਆਸ ਕਰ ਰਹੇ ਹਾਂ, ਜਿਹੜਾ ਆਪਾਂ ਇਹ ਸ਼ਬਦ ਦੀ ਕਮਾਈ ਕਰ ਰਹੇ ਹਾਂ, ਇਹ ਆਪਾਂ ਨੂੰ ਗੁਰਬਾਣੀ ਨੇ ਹੀ ਗਿਆਨ ਦਿੱਤਾ ਆ। ਇਹ ਸ਼ਬਦ ਦਾ ਦੀਵਾ ਬਾਲਣਾ ਹੈ ਆਪਾਂ, ਇਹ ਸ਼ਬਦ ਦਾ ਪ੍ਰਕਾਸ਼ ਲੈ ਕੇ ਚੱਲਣਾ ਹੈ ਆਪਾਂ, ਤਾਂ ਕਿ ਇਹਨਾਂ ਤੋਂ ਸਾਡਾ ਜਿਹੜਾ ਇਹ ਮਨ ਇਹ ਸਾਵਧਾਨ ਰਹੇ, ਸਾਡਾ ਇਹ ਮਨ ਨੂੰ ਇਹ ਗਿਆਨ ਰਹੇ, ਜਿੰਨਾ ਚਿਰ ਇਸ ਮਾਇਆ ਦੇ ਦੇਸ਼ ਵਿੱਚ ਆਪਾਂ ਰਹਿਣਾ। ਜਿਹੜਾ ਗੁਰਬਾਣੀ ਨੇ ਆਪਾਂ ਨੂੰ ਗਿਆਨ ਦਿੱਤਾ, ਚੇਤ ਸੁਚੇਤ ਚਿੱਤ ਹੋਏ ਰਹੋ। ਜਿਹੜਾ ਆਪਾਂ ਇਹ ਸਿਮਰਨ ਕਰਨਾ, ਇਹ ਪਾਤਸ਼ਾਹ ਕਹਿੰਦੇ ਸੁਚੇਤ ਹੋ ਕੇ ਕਰਨਾ, ਸਾਵਧਾਨ ਹੋ ਕੇ ਕਰਨਾ। ਜੇ ਆਪਾਂ ਢਿੱਲੇ ਪੈ ਜਾਂਦੇ ਹਾਂ, ਨਹੀਂ ਸੁਚੇਤ ਹੁੰਦੇ, ਤਾਂ ਫਿਰ ਤਾਂ ਇਹਨਾਂ ਨੇ ਆਪਾਂ ਨੂੰ ਘੇਰਾ ਪਾ ਹੀ ਲੈਣਾ ਆ, ਕਿਸੇ ਨੂੰ ਨੀਂਦ ਦਾ, ਕਿਸੇ ਨੂੰ ਵਿਚਾਰਾਂ ਦਾ। ਇਹੀ ਗੁਰਬਾਣੀ ਨੇ ਆਪਾਂ ਨੂੰ ਗਿਆਨ ਦਿੱਤਾ ਨਾ। ਜਿਉਂ ਹੀ ਹੁਣ ਆਪਾਂ ਆਏ ਹਾਂ, ਆਪਣੇ ਇਹ ਸਿਮਰਨ ਕਰਨਾ, ਅਭਿਆਸ ਕਰਨਾ ਆ, ਤਾਂ ਕੀ ਹੁੰਦਾ ਆ, ਉਹ ਗੁਰਬਾਣੀ ਦੇ ਵਿੱਚ ਫਿਰ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਕਿਵੇਂ ਸਾਨੂੰ ਫਿਰ ਇਹ ਭਰਮ ਦੇ ਵਿੱਚ ਪਾਉਂਦੇ ਨੇ। ਜਿਹੜੇ ਕਈ ਗੁਰਮੁਖ ਅਭਿਆਸ ਨਹੀਂ ਕਰਦੇ, ਜਦੋਂ ਇਹ ਸਿਮਰਨ ਦੀ ਵਾਰੀ ਆਉਂਦੀ ਆ, ਸੌਂ ਜਾਂਦੇ ਨੇ। ਅਤੇ ਸਤਿਗੁਰ ਗੁਰਬਾਣੀ ਵਿੱਚ ਆਪਾਂ ਨੂੰ ਸਮਝਾ ਰਹੇ, ਗਿਆਨ ਦੇ ਰਹੇ, ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਕਿਤੇ ਮਹਾਮੋਹਣੀ ਦੂਤਨ ਲਾਈ। ਅਸੀਂ ਹੁਣ ਜਾਗਣਾ ਆ, ਅਤੇ ਜਾਗਣਾ ਸ਼ਬਦ ਦੇ ਅਭਿਆਸ ਦੁਆਰਾ, ਫਿਰ ਸਾਨੂੰ ਗਿਆਨ ਆਏਗਾ, ਆਪਣੇ ਮਨ ਘਰ ਵਿੱਚ ਬੈਠੇਗਾ, ਸਾਵਧਾਨ ਹੋ ਕੇ ਸ਼ਬਦ ਸੁਣੇਗਾ, ਇਹ ਮਨ ਸਾਵਧਾਨ ਹੋਏਗਾ, ਇਹ ਅੰਮ੍ਰਿਤ ਪੀਏਗਾ, ਸਾਵਧਾਨ ਹੋਏਗਾ, ਇਹਨੂੰ ਹਰੀ ਦੀ ਕਥਾ ਸੁਣੇਗੀ, ਅਤੇ ਜੇ ਇਹ ਜਾਗਦਾ ਹੋਏਗਾ, ਮਾਲਕ ਨਿਰੰਕਾਰ ਦੇ ਦਰਸ਼ਨ ਕਰੇਗਾ। ਇਸੇ ਕਰਕੇ ਹੀ ਆਪਾਂ ਸੌਣਾ ਨਹੀਂ, ਸਾਵਧਾਨ ਹੋ ਕੇ ਚੱਲਣਾ। ਜਿਹੜਾ ਅਸੀਂ ਇਹ ਅਭਿਆਸ ਕਰਨਾ ਆ, ਆਓ ਹੁਣ ਆਪਾਂ ਸਾਹਿਤ ਦੇ ਵਿੱਚ ਇਹ ਰਸਨਾ ਦੁਆਰਾ ਸਿਮਰਨ ਕਰਦਿਆਂ ਹੋਇਆ ਆਪਣੇ ਮਨ ਨੂੰ ਜਗਾਈਏ। ਸਾਰੇ ਕਰੋ ਸ਼ੁਰੂ ਜੀ।
ਵਾਹਿਗੁਰੂ ਵਾਹਿਗੁਰੂ।